ਕੰਪਨੀਆਂ ਕਿਆ ਸਰਾਈਆਂ ਨੇ ਕਿ ਇਹ ਇਸ ਵਿਵਾਦ ਦੀ ਸਾਜ਼ਿਸ਼ ਦੇ ਪਿੱਛੇ ਵੀ ਅਕਾਲੀ ਦਲ ਦਾ ਹੱਥ ਸੀ, ਸੁਖਬੀਰ ਬਾਦਲ ਦਾ ਹੱਥ। ਅਕਾਲੀ ਦਲ ਉਦੋਂ ਪਹਿਲਾਂ ਉਹਨੂੰ ਸਨੱਪ ਕਰਨਾ ਚਾਹੁੰਦਾ ਸੀ, ਉਹਨੂੰ ਦਬਾ ਕੇ ਤੋਰਨ ਕੀ ਉਸ ਤੋਂ ਜਿਹੜੀਆਂ ਚੋਣਾਂ ਸੀਗੀਆਂ 2007 ਦੀਆਂ ਉਹਦੇ ਵਿੱਚ ਕਾਂਗਰਸ ਦੀ ਮਦਦ ਜਿਹੜੀ ਆ ਉਹ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਨੇ ਕੀਤੀ ਸੀ ਰਾਮ ਰਹੀਮ ਦੇ ਹੁਕਮਾਂ 'ਤੇ। ਗੁਨਾਹਗਾਰਾਂ ਨੂੰ ਕਿਵੇਂ ਉਹਦੇ ਗੁਨਾਹ ਨੂੰ ਕਿਵੇਂ ਪਰਖਦੇ ਆ, ਇੱਕ ਗੁਨਾਹ ਕਰਨ ਵਾਲਾ ਹੁੰਦਾ, ਇੱਕ ਉਹਦੇ ਕੋਲੋਂ ਗੁਨਾਹ ਕਰਵਾਉਣ ਵਾਲਾ ਹੁੰਦਾ, ਇੱਕ ਉਹ ਹੁੰਦਾ ਜਿਹੜਾ ਉਹਨੂੰ ਸ਼ਹਿ ਦੇ ਕੇ ਵੱਡਾ ਗੁਨਾਹਗਾਰ ਬਣਾਉਂਦਾ। ਤਾਂ ਅਸੀਂ ਤਿੰਨਾਂ ਨੂੰ ਬਰਾਬਰ ਦੇ ਗੁਨਾਹਗਾਰ ਮੰਨਦੇ ਹਾਂ। ਉਦੋਂ ਪੁਲਿਸ ਨੇ ਪੱਖ ਨਹੀਂ ਰੱਖਿਆ ਆਪਣਾ, ਨਾ ਉਹਦੀ ਉਸ ਅਰਜ਼ੀ ਦਾ ਵਿਰੋਧ ਕੀਤਾ, ਅਤੇ ਐਕਸ ਜਿਹੜਾ ਇਹ ਕਹਿ ਲਓ ਇੱਕ ਤਰੀਕੇ ਨਾਲ ਇੱਕ ਪਾਸੜ ਫੈਸਲਾ ਕਰਕੇ ਇਹ ਪਰਚਾ ਹੀ ਰੱਦ ਕਰ ਦਿੱਤਾ ਜਾਂਦਾ। 7 ਸਾਲ ਪੂਰੇ ਤੁਸੀਂ ਉਹਨੂੰ ਉਹਦੀ ਪਿੱਠ ਥਾਪੜਦੇ ਹੋ, ਉਹਨੂੰ ਉਸ ਕੇਸ ਦੇ ਵਿੱਚੋਂ ਬਚਾਉਂਦੇ ਹੋ, ਉਹਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਜਦੋਂ ਤੁਸੀਂ ਇੱਕ ਕੇਸ ਦੇ ਵਿੱਚੋਂ 7 ਸਾਲ ਤੱਕ ਤੁਸੀਂ 2014 ਤੱਕ ਉਹਨੂੰ ਬਚਾਇਆ, ਤਾਂ ਜਾ ਕੇ ਉਹਦੀ ਹਿੰਮਤ ਪਈ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਨ ਦੀ, ਜਿਹਦੇ ਤੋਂ ਉਹਨੂੰ ਡਰ ਸੀ, ਇੱਕ ਪੰਥਕ ਸਰਕਾਰ ਤੋਂ ਔਰ ਇੱਕ ਪੰਥਕ ਸਿਸਟਮ ਤੋਂ ਜਿਵੇਂ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ। ਜਦੋਂ ਦੋਵਾਂ ਨੇ ਗੋਡਿਆਂ ਭਾਰ ਹੋ ਕੇ ਉੱਥੋਂ ਦੇ ਜਿਹੜੇ ਬੈਠੇ ਕਾਬਜ ਲੋਕ ਸੀ, ਜਦੋਂ ਗੋਡਿਆਂ ਭਾਰ ਹੋ ਕੇ ਉਹਦੇ ਅੱਗੇ ਵਿਛ ਗਏ, ਤਾਂ ਉਹਨੇ ਕਿਹਦਾ ਡਰ ਮੰਨਣਾ ਸੀ, ਕਿਉਂ ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਨ ਦੀ ਹਿੰਮਤ ਕਰਦਾ। ਇਹ ਤਾਕਤ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਹੋਈ ਬਿਨਾਂ ਮੰਗਿਆ ਮਾਫ਼ੀ, ਅਤੇ 2007 ਦੀ ਜਿਹੜੀ FIR ਦੇ ਵਿੱਚ ਉਹਨੂੰ ਇੱਕ ਦਿਨ ਵੀ ਜਿਹੜਾ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। 2015 ਦੀ ਬੇਦਬੀ ਤੋਂ ਬਾਅਦ ਇੱਕ ਹੋਰ ਵੱਡਾ ਕਲੰਕ ਜਿਹੜਾ ਉਹ ਸਾਡੇ ਸਿਰ 'ਤੇ ਮੜਿਆ ਗਿਆ, ਉਹ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਸਿੱਖਾਂ ਨੇ ਕੀਤੀ, ਇਹ ਕੰਮ ਵੀ ਸਾਡੀ ਆਪੇ ਬਣੀ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਸਰਕਾਰ ਨੇ ਕੀਤਾ। ਸਰਕਾਰ ਨੇ ਵੀ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਵੀ ਕੰਨ 'ਤੇ ਜੂ ਨਹੀਂ ਸਰਕੀ। 4 ਹਫ਼ਤਿਆਂ ਦਾ ਵਾਅਦਾ ਕਰਨ ਤੋਂ ਬਾਅਦ 1.5 ਸਾਲ ਬਾਅਦ ਜਦੋਂ ਬਰਗਾੜੀ ਮੋਰਚਾ ਲੱਗਣ ਦਾ ਐਲਾਨ ਹੁੰਦਾ, ਸਹੀ ਮੈਨੇ 'ਚ ਇਹਨਾਂ ਕੇਸਾਂ 'ਤੇ ਉਦੋਂ ਕੰਮ ਸ਼ੁਰੂ ਹੁੰਦਾ। ਹਾਲਾਂਕਿ ਰਣਵੀਰ ਸਿੰਘ ਖੱਟੜੇ ਹੋਣੀ ਪਹਿਲਾਂ ਮੋੜ ਬੰਬ ਧਮਾਕੇ ਨੂੰ ਐਕਸਪੋਜ਼ ਕਰ ਚੁੱਕੇ ਸੀ, ਪਰ ਦੋਸ਼ੀਆਂ ਦੇ ਗਲਵੇ ਨੂੰ ਹੱਥ ਨਹੀਂ ਸੀ ਪਾਇਆ, ਤਾਂ ਉਦੋਂ ਵੀ ਇਹ ਸਾਫ਼ ਹੋ ਗਿਆ ਸੀ ਕਿ ਮੋੜ ਬੰਬ ਧਮਾਕੇ ਦੇ ਪਿੱਛੇ ਵੀ ਜਿਹੜਾ ਉਹ ਰਾਮ ਰਹੀਮ ਦਾ ਜੀ ਅਤੇ ਉਹਦੇ ਜਿਹੜੇ ਸੋ ਕਾਲਡ ਚੇਲੇ ਚਪਾਟੇ ਨੇ ਉਹਨਾਂ ਦਾ ਹੱਥ ਹੈ ਉਹਨਾਂ ਕੋਲ। ਇੱਕ ਇਹ ਵੱਡਾ ਬਸ਼ਰਮਾ ਦਾ ਧੜਾ ਪੰਥਕਾਂ ਦਾ ਤਾਂ ਹੈਗਾ ਹੀ ਹੈ, ਉਹ ਅਕਾਲੀ ਦਲ ਦਾ IT ਵਿੰਗ ਕਹਿ ਲਓ ਜਾਂ ਉਹਨਾਂ ਦੇ ਜਿਹੜੀਆਂ ਸਮਰਥਕ ਸੋ ਕਾਲਡ ਪੰਥਕ ਸਿਸਟਮ ਜਿਹੜਾ ਉਹਨਾਂ ਨੇ ਆਪਣਾ ਇੱਕ ਬਣਾਇਆ ਹੋਇਆ, ਜਿਹੜੇ ਧੱਕੇ ਨਾਲ ਪੰਥਕ ਆਗੂ ਬਣੇ ਹੋਏ ਨੇ। ਹੈਰਾਨੀ ਦੀ ਗੱਲ ਹੈ ਵੀ 302 ਦੇ ਪਰਚਿਆਂ ਦੇ ਵਿੱਚ ਵੀ ਇਹਨਾਂ ਕੇਸਾਂ ਦੇ ਵਿੱਚ ਸਟੇਟ ਨੇ ਆਪਣਾ ਅਸਲੀ ਰੁੱਖ ਦਿਖਾਇਆ ਕਿ ਉਹਨਾਂ ਦਾ ਅਸਲੀ ਰੂਪ ਕੀ ਹੈ, ਸਿੱਖਾਂ ਦੇ ਪ੍ਰਤੀ ਉਹਨਾਂ ਦਾ ਨਜ਼ਰੀਆ ਕੀ ਹੈ। 302 ਦੇ ਕੇਸਾਂ ਦੇ ਵਿੱਚ ਵੀ ਐਂਟੀਸਪੇਟਰੀ ਬੇਲਸ ਮਿਲੀਆਂ ਨੇ, ਬਲੈਂਕਟ ਬੇਲ ਮਿਲੀਆਂ ਨੇ ਬਹੁਤ ਸਾਰੇ ਕੇਸਾਂ ਦੇ ਵਿੱਚ ਸੁਮੇਰ ਸੈਣੀ ਵਰਗਿਆਂ ਨੂੰ। ਤਾਂ ਕੀ 2.5 ਸਾਲ ਤੱਕ ਸਰਕਾਰ ਸੁੱਤੀ ਪਈ ਸੀ, ਜਿਹੜਾ ਐਡਾ ਇੰਪੋਰਟੈਂਟ ਕੇਸ ਆ ਸਰਕਾਰ, ਜਾਂ ਇਹ ਕਹਿ ਲਈਏ ਵੀ ਜਿਸ ਕੇਸ ਕਰਕੇ ਸਰਕਾਰ ਬਣੀ ਹੈ, ਉਹ ਇੰਨਾ ਉਸ ਕੇਸ ਨੂੰ ਲਾਈਟਲੀ ਲੈ ਰਹੇ ਸੀ ਕਿ 2.5 ਸਾਲ ਤੱਕ ਜਾਂਚ ਚੱਲਦੀ ਰਹੀ। ਜੇ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਨੁਕਸ ਸੀ ਤਾਂ ਸਰਕਾਰ ਨੇ ਉਹਨਾਂ ਉਸ ਦੌਰਾਨ ਇੰਟਰਫੇਅਰ ਕਿਉਂ ਨਹੀਂ ਕੀਤਾ ਜਦ ਤੱਕ ਹਾਈਕੋਰਟ ਦੇ ਵਿੱਚੋਂ ਜਾਂਚ ਰੱਦ ਨਹੀਂ ਹੋਈ। ਉਹਦੇ ਵਿੱਚ ਸਟੇਟ ਦਾ ਇੱਕ ਜਿਹੜੀ ਧਾਰਨਾ ਪੱਕੀ ਹੈ ਕਿ ਉਹਨਾਂ ਨੇ ਕਦੀ ਇਨਸਾਫ਼ ਨਹੀਂ ਦੇਣਾ। ਦੂਜੀ ਗੱਲ, ਉਹ ਬੰਦੇ ਜਿਹੜੇ ਉਹਨਾਂ ਨੇ ਸਟੇਟ ਜਿਹੜੇ ਪੰਜਾਬ ਜਾਂ ਸਿੱਖਾਂ ਦੇ ਅਗੇਂਸਟ ਜਿਹੜੇ ਬੰਦੇ ਸਟੇਟ ਨੇ ਵਰਤੇ ਹੋਣ ਲੰਬੇ ਸਮੇਂ ਤੱਕ, ਜਿਵੇਂ ਸੁਮੇਰ ਸੈਣੀ ਹੈ, ਉਮਰਾ ਰੰਗਲ ਹੈ, ਇਹਨਾਂ ਨੂੰ ਉਹ ਫੇਕ ਇਨਕਾਊਂਟਰ ਦੇ ਵਿੱਚ ਵੀ ਜਿਹੜਾ ਉਹ ਵਰਤਦੇ ਰਹੇ ਨੇ, ਹੈ ਨਾ, ਇਹ ਸਟੇਟ ਲਈ ਜਿਹੜੇ ਡਾਇਰੈਕਟ ਸਟੇਟ ਲਈ ਕੰਮ ਕਰਨ ਵਾਲੇ ਬੰਦੇ ਨੇ, ਇਹਨਾਂ ਨੂੰ ਉਹ ਹਰ ਹਿੱਲੇ ਇਸ ਕਰਕੇ ਬਚਾਉਂਦੇ ਨੇ ਕਿ ਜੇ ਅੱਜ ਇਹ ਮਰ ਜਾਂਦੇ ਨੇ ਆਖਰੀ ਸਮੇਂ 'ਤੇ ਤਾਂ ਦੁਬਾਰਾ ਸਟੇਟ ਲਈ ਐਡੇ ਵਫਾਦਾਰ ਬੰਦੇ ਕੋਈ ਬਣਨ ਲਈ ਤਿਆਰ ਨਹੀਂ ਹੋਏਗਾ। ਅਸੀਂ ਵੀ ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨੇ ਲਾਏ, ਖਾਸ ਕਰਕੇ ਉਦੋਂ ਜਦੋਂ ਪੰਜਾਬ ਦੀ ਸਿਆਸਤ 'ਚ ਮੁੱਦਾ ਬਾਹਰ ਹੋ ਗਿਆ ਸੀ। ਸਾਨੂੰ ਲੱਗਦਾ ਸੀ ਵੀ ਹੁਣ 2021-22 ਦੇ ਨੇੜੇ ਜਾ ਕੇ ਮੁੱਦਾ ਛਾਊਗਾ, 2019-20 ਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ ਸੀ ਕਰ ਰਿਹਾ ਇਸ ਮੁੱਦੇ ਦੇ ਉੱਤੇ, ਕਿਸੇ ਦੇ ਏਜੰਡੇ 'ਤੇ ਹੈ ਨਹੀਂ ਸੀ। ਹਾਲਾਂਕਿ ਉਹ ਭੱਜ ਨਹੀਂ ਸਕਦਾ, ਉਹਦੀ ਜ਼ਿੰਮੇਵਾਰੀ ਸੀ। ਜੇ ਉਹ ਇਹ ਵੀ ਕਹਿ ਦਿੰਦਾ ਕਿ ਮੇਰੀ ਲੀਗਲ ਟੀਮ ਕੋਲੋਂ ਗਲਤੀਆਂ ਹੋਈਆਂ ਜਾਂ ਕੁੰਵਰ ਵਿਜੇ ਪ੍ਰਤਾਪ ਕੋਲੋਂ ਗਲਤੀਆਂ ਹੋਈਆਂ, ਜੇ ਜੱਜ ਕੋਲੋਂ ਗਲਤੀਆਂ ਹੋਈਆਂ, ਤਾਂ ਫਿਰ ਤੂੰ 2.5 ਸਾਲਾਂ 'ਚ ਕੀ ਕੀਤਾ? ਕੀ ਤੂੰ ਇਸ ਕੇਸ ਨੂੰ ਜਿਵੇਂ ਬਾਕੀ ਕੇਸਾਂ ਵਾਂਗ, ਜਿਵੇਂ ਕਿਹਾ ਜਾਂਦਾ ਵੀ ਕੈਪਟਨ ਦਾ ਰਾਜ ਜਿਹੜਾ ਬਿਊਰੋਕਰੇਸੀ ਦਾ ਰਾਜ ਆ ਵੀ ਉਹ ਅਫਸਰਾਂ 'ਤੇ ਛੱਡ ਕੇ ਅਤੇ ਆਪ ਘਰ ਸੌਂ ਜਾਂਦਾ, ਇਹਦਾ ਮਤਲਬ ਇਸ ਕੇਸ ਨੂੰ ਵੀ ਉਹਨੇ ਇੰਨਾ ਲਾਈਟਲੀ ਲਿਆ ਵੀ ਅਫਸਰਾਂ ਦੇ ਭਰੋਸੇ ਛੱਡ ਕੇ ਘਰ ਬੈਠ ਗਿਆ? ਅਤੇ ਫਿਰ ਇਹਦਾ ਮਤਲਬ ਉਹਨੂੰ ਹੁਣ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੀ ਤਾਂ ਜਿਹੜਾ ਉਹਦੇ ਕੋਲ ਇਖਲਾਕੀ ਤੌਰ 'ਤੇ ਕੋਈ ਹੱਕ ਨਹੀਂ ਬਣਦਾ। ਰਜਿੰਦਰ ਸਿੰਘ ਸਭਰਾ, ਵੱਖ ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਦੇ ਹਾਂ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਦਬੀਆਂ ਦਾ ਮੁੱਦਾ ਸਿਆਸੀ ਸਫਾਵਾਂ ਦੇ ਵਿੱਚ ਵੀ ਬਹੁਤ ਪੱਕਦਾ ਨਜ਼ਰ ਆ ਰਿਹਾ ਹੈ, ਕਿਉਂਕਿ 6 ਸਾਲ ਬਤੀਤ ਹੋਣ ਤੋਂ ਬਾਅਦ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਬੇਦਬੀਆਂ 2015 ਦੇ ਵਿੱਚ ਹੁੰਦੀਆਂ ਆ, ਕੋਟਕਪੂਰਾ ਮੋਰਚਾ ਲੱਗਦਾ, ਉਸ ਤੋਂ ਬਾਅਦ ਗੋਲੀ ਕਾਂਡ ਹੁੰਦਾ ਹੈ, ਤਮਾਮ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਅਸੀਂ 35 ਸਿੱਖ ਜਥੇਬੰਦੀਆਂ ਦੇ ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ ਫਗਵਾੜਾ ਦੇ ਨਾਲ ਜੁੜੇ ਹਾਂ ਅਸੀਂ, ਉਹਨਾਂ ਦੇ ਕੋਲੋਂ ਤਮਾਮ ਜਾਣਕਾਰੀ ਵੀ ਹਾਸਲ ਕਰਨ ਦਾ ਯਤਨ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
फगवाड़ा साहब मौजूदा समय के भी बहुत वड्डा रोल रहा है। तुसीं पिछले समय के दौरान चाहे वह बरगाड़ी मोर्चे की गल होवे चाहे गुरु ग्रंथ साहिब महाराज जी दीआं बिरबियां नूं लैके गल होवे तुसीं भी बहुत वड्डा योगदान निभाया किवें देखदे हो? सो इहदे विच जिहड़ा वड्डा पॉइंट एक हैगा कि 6 साल असल दे विच जिहड़ा आपां इहनूं टेन्योर नूं बनने आ जिहड़ा खास तौर पर जिहड़े विवाद जां जिहड़ा बेदबियां दा दौर डेरा प्रेमियां नाल जुड़िया होया असल दे विच इह समां 14 साल का है जी। क्योंकि जे तुसीं इहनूं सही तरीके नाल देखोगे तो यह बेदबी का दौर 2007 तो शुरू हुंदा जदों सलावतपुरे डेरे दे विच जिहड़ा सौदा साध बलात्कारी साध है उत्थे गुरु गोबिंद सिंह जी दे जिहड़े उन्हां वर्गी जिवें एक प्रचलित तस्वीरां दे विच जो असीं देखदे हां तां उहो जिहियां जिहड़ी वस्त्र पा के और जिहड़ा एक साडे अमृत जिहड़ा छकाण दी जिहड़ी साडी एक परंपरा है जिहड़ा एक सारा उह घटनाक्रम हुंदा उहदा ही एक नकल करदा है ना। ते उस तो बाद जिहड़ा हैगा भी एक जिहड़ा वड्डा विवाद उठदा है जिहड़ा उहदे नाल जुड़दा और जित्थों ये कहीए भी सिखां दी कन्फर्टेशन जिहड़ी आ उह डेरा सच्चा सौदा दे नाल एक तरीके नाल शुरू हुंदी है। उस तो बाद इमीडिएट जिहड़ा क्योंकि एक वड्डा कारण उहदे ते एक परचा FIR रजिस्टर्ड हुंदी आ अकाली दल दे एक कौंसलर वल्लों जी रजिंदर सिंह शायद नाम उहदा सीगा उहदे वल्लों एक FIR कंप्लेंट दित्ती जांदी है और थाणा कोतवाली दे विच FIR दर्ज हुंदी है उहदा इमीडिएट FIR दर्ज होना और उस तो बाद उसनू बार बार प्रचारना अखबारों के कितना ना कितने अकाली दल का इंट्रस्ट सी कि हालांकि ये भी मतलब बड़िया कयास रही ने कि इस विवाद की साजिश के पिछे भी अकाली दल का हाथ से सुखबीर बादल का हाथ से पर जे उस पक्ष नू ना भी मनीए तो वह अल्टीमेटली साढ़े लिए एक बड़ा वड्डा ललकार के किया जाने वाला पूरी कम्यूनिटी एक चैलेंज सी। उस तो बाद अखबारों के इश्तहार अजीत अखबार के भी फ्रंट पेज पर छपवाए गए ताकि वो तो सिखा तक ये गल पहुँचे कि जी राम रहीम ने करतूत की है वो खिलाफ़ एक बगावत उठे वो खिलाफ़ एक रोस उठे गुस्सा उठे और अकाली दल उदों पहला उन्होंने स्नप करना चाहता सी उन्होंने दबा के कारण की उस तो जड़िया चोणा सगिया 2007 दियाँ उहदे विच कांग्रेस की मदद जी डेरा सच्चा सौदा के पैरोकारा ने की सी राम रहीम के हुक्मां ते तो उहदा बदला लैण लई जिहड़ा सुखबीर ने यह सारा कुछ किया। तो उस तो बाद जिहड़ा हैगा 2007 दे विचों जदों परचा हुंदा ते सब तो पहला बठिंडा जिहड़ी सैशन कोर्ट के राम रहीम एक अर्जी दायर करता है कि मेरे खिलाफ़ जिहड़ी FIR दर्ज हुई है ये बेसलैस है और ये मेरे खिलाफ़ कोई यहोजे सबूत नहीं है ना मेरी यहोजी कोई इंटेंशन से तो उदों बठिंडे के SSP नौनिहाल सिंह जिहड़े उत्थे एक एफीडेविट देंदे ने कि साडे कोल मोर दैन इनफ जिहड़े एविडेंस साडे कोल इस केस मौजूद ने साडे कोल वीडियोग्राफी मौजूद है साडे कोल चशमदीद गवाह मौजूद ने जिहदे करके उहदे उत्ते 295A ते 153A दा जिहड़ा परचा दर्ज किया गया। उस तो बाद इहो जी अपील राम रहीम हाई कोर्ट 'च भी लाउंदा और फिर पटियाले जिहड़े जोन के IG ने वो हलफनामा दिंदे ने और उत्थे जिहड़े अपना डॉक्यूमेंट पेश करते हैं कि साडे कोल इहदे खिलाफ़ सबूत है हाई कोर्ट का फैसला आने तो पहले ही राम रहीम जिहड़ा वो अपनी अर्जी जिहड़ी वापस लै लैंदा है ते वो अर्जी वापस लैण दे नाल ही समझौते का दौर शुरू हो जाता है। एक वड्डे देखो असी गुनाहगारां नूं किवें उहदे गुनाह नूं किवें परखदे हां एक गुनाह करन वाला हुंदा एक उहदे कोलों गुनाह करवाउण वाला हुंदा एक उह हुंदा जिहड़ा उहनूं शह दे के वड्डा गुनाहगार बणाउंदा तां असीं तिन्नां नूं बराबर दे गुनाहगार मंनदे हां। अकाली दल का रोल इत्थे गुनाह करवाउण वाला भी है ते उहनूं वड्डा गुनाह करन दी शह देण वाला भी है। उस तो बाद जे तुसीं कड़ी ना कोड़ी कड़ी जदों जोड़दे हो तां 2007 तों बाद 2009 दीआं चोणां आउंदीआं ने उह एफीडेविट जदों IG ते SSP ने एफीडेविट देता कि साढ़े कोल सबूत हैगे ने तो 2009 दीआं चोणां दे विच जदों लोक सभा चोणां आउंदीआं ने खास तौर पर जिहड़ी बठिंडे की सीट है हरसिमरत बादल की उहदे विच राम रहीम दे कोलों अकाली दल मदद लैंदा मतलब कि इस FIR नूं जिहड़ी जिहड़ा कि पूरी कौम नूं चैलेंज करके एक वड्डी घटना वापरी उहने गुरु गोबिंद सिंह जी का वर्गा सुआग रचाण की जिहड़ी उह कोशिश की उहनां दी नकल की और पूरा चैलेंज किया है ना गुरु की नकल करन की कोशिश की उहदे नाल संबंधित FIR नूं राम रहीम दे सिर ते तलवार लटका के उहदे कोलों वोटां बटोरियां गईआं जी उहदे ते दबाव पा के 2009 तो बाद जदों लोक सभा चोणां दे विच फायदा लैण तो बाद फिर 2012 की चोण आ जाती है फिर सुखबीर बादल जिहड़ा उह राम रहीम दे कोलों उसे परचे दे दबाव हेठ वोटां की मंग करदा पर उस तो बाद एक खिचड़ी पकी कि उहने राम रहीम ने शर्त रखी
कि उदा पहला यह परचा जो कैंसल कराया जाए। तो 30 जनवरी 2012 विधानसभा दी चोणां खास तौर पर सारे पंजाब का जो एडमिनिस्ट्रेशन है उदों चोण कमिशन के अंडर होंदा कोड ऑफ कंडक्ट लगा होंदा। तो उदों इलैक्शन तो जदों किसी एस एस पी का छड्डो किसी एस एच ओ को भी सिर खुरकण की वेल नहीं होंदी जदों इलैक्शन सिर ते होंदी है उदों 4 या 5 दिन पहला बठिंडा जिहड़ा सैशन कोर्ट दे विच उस एफ आई आर नूं रिलेटड कैंसलेशन रिपोर्ट दाखिल की जाती और उहदे विच इह कहा जांदा वी साडे कोल कोई सबूत नहीं है और उहदे नाल इक एफीडेविट कंप्लेनेंट का लाया जाता कि कंप्लेनेंट यह कह रहा कि मैं सुनिया सुनाइया गल्लां दे उत्ते दरखास्त देती सी जबकि उस दिन मैं उस घटना से मौजूद ही नहीं सी। उहदे च दरखास्तकर्ता का एफीडेविट लग गया और नाल पुलिस ने यह कहा साडे कोल सबूत कोई नहीं। जज दे रब जाने की दिमाग दे विच आई जज जदों शायद हरिंदर सिंह खालसा जज सीगे उस तक मैं सही नाम याद नहीं शायद हुण उन्होंने अगली तरीक पा दिती पर इन्होंने कैंसलेशन कराउण दी अपने वालों पूरा जोर ला दिता। अगली तरीक के उत्ते कंप्लेनेंट कोर्ट च पेश होकर कहिंदा कि मैं इहो जिहा कोई एफीडेविट पुलिस नूं दिता ही नहीं। जानी इन्ना तरलो मच्छी हो के इन्ना गोडिया भार चल के एक जाली एफीडेविट कंप्लेनेंट का ला के राम रहीम उस केस तो बचाने की कोशिश की जाती। जदों कंप्लेनेंट पेश हुंदा तो दोबारा जिहड़ा सैशन कोर्ट के जज ने वह ऑर्डर करते हैं कि तुसी जदों तुसी झूठा एफीडेविट दिता तुसी चलान पेश करो। फिर 2 साल लंघ जाते हैं 2014 दे विच फिर लोक सभा की चोण आ जाती है। फिर 2014 दे विच जाके एक बार दोबारा जिहड़ा वह राम रहीम उहदे च बठिंडा सैशन कोर्ट के पहुँच करता है कि 7 सालों के पुलिस मेरे खिलाफ चलान नहीं पेश कर सकी ना मेरे खिलाफ कोई सबूत पेश कर सकी तो इस आधार के उत्ते मैनू इस परचे के मतलब ये परचा खारिज किया जाए। तो उस कंप्लेनर उदों पुलिस ने पक्ष नहीं रखे अपना ना उहदी उस अर्जी का विरोध किया तो एक्स जिहड़ा कह लो एक तरीके एक पासड़ फैसला करके ये परचा ही रद्द कर दिता जाता। हुण इहदे नाल सब तो वड्डी बरगाड़ी की कड़ी किवें जुड़ती है कि एड्डा वड्डा गुनाह करन की हिम्मत कित्थों पई। 2007 दे विच जदों गुरु गोबिंद सिंह जी का अपमान करता तो 7 साल पूरे तुसी उहनू उहदी पिट थापड़ दे हो उहनू उस केस दे विचों बचाने हो उहनू तत्ती वाह नहीं लगन दिंदे। जदों तुसी एक केस दे विचों 7 साल तक तुसी 2014 तक उहनू बचाया तां जाके उहदी हिम्मत पई 2015 दे विच गुरु ग्रंथ साहिब जी की बेदबी करन दी ना तां एड्डी वड्डी हिम्मत नहीं सी पैणी। तुसी 1% भी इस गल की संभावना नहीं मन सकते कि जिहदे तों उहनू डर सी एक पंथक सरकार तों और एक पंथक सिस्टम तो जिवें श्रोमणी कमेटी जां अकाल तख्त जदों दोवां ने गोडियां भार हो के उत्थों दे जिहड़े बैठे काबज लोग सी जदों गोडियां भार हो के उहदे अगे विछ गए तां उहने किहदा डर मनना सी क्यों ना गुरु ग्रंथ साहिब जी की बेदबी करन की हिम्मत करदा। ये ताकत अकाल तख्त साहिब तों मिली हुई बिना मंगे माफ़ी तो 2007 की जिहड़ी एफ आई आर दे विच उहनूं एक दिन भी जिहड़ा कोई समस्या का सामना नहीं करना पिया जां उहनूं सज़ा होनी तां बहुत दूर की गल आ वो खज्जल खुआर भी नहीं होया उस केस ता जाके 2015 च दोबारा उहदी हिम्मत पैंदी है गुरु ग्रंथ साहिब जी की बेदबी करन दी। और जिहड़े अकाली भी खास तौर पर कहिंदे ने भी असी साडा बेदबी च की रोल है आ एक स्पष्ट रोल है कि तुसीं उह सारी ग्राउंड तैयार की जिस ग्राउंड दे विच तुसीं उहनूं तत्ती वाह नहीं लगन दित्ती उहनूं शह इन्नी देती कि वह वड्डा छोटे गुनाह तो बाद उहने उस तो वड्डा गुनाह करके दिखाता। तो वह 2015 की बेदबी तो बाद एक होर वड्डा कलंक जिहड़ा साडे सिर ते मड़िया गया वह ये सी कि गुरु ग्रंथ साहिब जी की बेदबी सिखा ने की ये काम भी साड़ी आपे बनी अपने आप नूं पंथक कहाउण वाली सरकार ने किया। 2 गुरसिख नौजवानों के उत्ते इल्जाम मढ़ दिता और खुद होम मिनिस्टर आके प्रैस कॉन्फ्रेंस आके कहिंदा भी अज मैनूं सुकून मिलिया कि गुरु साहिब की बेदबी के जिहड़े दोषी फड़े गए बिना यह सोचिया और उस सरकार दे हमायती जिहड़े अज पंथक बनदे विचर रहे ने उस वक्त उन्होंने पूरा जोर लाया सोशल मीडिया के जी सिर्फ इस करके कि उन्होंने जिहड़े विचारधारक दुश्मन ने चाहे वह भाई पंथप्रीत सिंह सी जां उस वक्त भाई रणजीत सिंह सी जिहड़े उस वक्त कोटकपुरे दे विच अगवाई कर रहे सी धरने की उस खारबाजी दे विच भी क्योंकि दोषियों का नाम जिहड़े दोषी उन्होंने बनाए सी वह दोषियों का तारा उन्होंने जोड़निया भाई पंथप्रीत ते ढड्डरियां दे नाल सौखियां नज़र आ रही सी उन्होंने वड्डा निशाना दिस रहा सी इस करके उन्होंने इस गल का ध्यान भी नहीं किया कि एक इस सदी का नहीं एक इतिहास का बड़ा वड्डा कलंक साड़ी कौम के मत्थे ते रह जाना सी कि सिखां ने गुरु ग्रंथ साहिब जी की बेदबी कराती तो सिर्फ एक राजनीतिक कारण करके जिहो जी सरकार ने पेश की सी उस वक्त सारे लोग पिछे हट गए सरकार का दबा सी और सुप्रीम कोर्ट के वकील एच एस फूलका की इंटरफेरेंस के नाल पहले
बंदे सी जिन्ह ने उन्हां नाल दोनों नौजवानों ने जाके मुलाकात की जेल च और ऐलान किया कि उन्हां दा केस लड़नगे, जिस तो बाद बाकियां दे विच एक कॉन्फिडेंस लैवल आया और खास तौर पर वो जिहड़ी रिकॉर्डिंग जिन्हों आधार बना के उन्होंने दोषी दस्या गया सी, उस रिकॉर्डिंग दे विच जिहड़े ये कहा गया सी जिन्हां ने पैसे भेजे ने बाहरों है ना, वो लोग जदों सामने आए उन्होंने अपना पक्ष रखिया। एक जलंधर तो एक पत्रकार ने इंग्लिश अखबार के उन्होंने उत्ते स्टोरी की, जिस तो बाद सारी मीडिया का और एक नरेटिव जिहड़ा एक उन्होंने सिख नौजवानों के खिलाफ खड़ा किया गया सी वो बदलिया और उस तो बाद सरकार नूं नौजवान छड़ने पे। उस तो बाद 2015 तो लैके 2018 तक मान लीए है ना, 2017 तक तो सियासी खेडा रही, 2018 तक आके जिहड़ा जदों ये कह लीए भी इस सरकार ने भी जिहड़ी मौजूदा सरकार है उहदे भी कन्न ते जू नहीं सरकी। चार हफ्तियां दा वादा करन तों बाद डेढ़ साल बाद जदों बरगाड़ी मोर्चा लगन दा ऐलान हुंदा सही मैंने च इन्हां केसां ते उदों काम शुरू हुंदा, जिहड़ा काम उदों तक खत्म हो जाना चाहीदा सी उह काम जाके 1 जून 2018 नूं जदों ये मोर्चा लगदा है तां उस तों ऑलमोस्ट 2-4-5 दिनां दे विच जिहड़ी कारवाई शुरू हुंदी है उहदे विच रणवीर सिंह खटना होना की भी सिट बनती है, कुछ समय बाद जाके कुंवर विजय प्रताप होना की भी सिट बनती है। तो हालांकि रणवीर सिंह खटड़े होनी पहला मोड़ बंब धमाके एक्सपोज कर चुके सी पर दोषियों के गलबे में हाथ नहीं सी पाया, तो उदों भी यह साफ हो गया कि मोड़ बंब धमाके के पिछे भी जिहड़ा वो राम रहीम दाई ते उहदे जिहड़े सो कॉल्ड चेले चपाटे ने उन्हां दा हत्थ है उन्हां गुंडियां दा। सो उहदे बाद अज तक 2018 तो लैके 2021 तक इदां तां नहीं कहा जा सकता कि यह पहलां वांग एक बलैंक केस है, जिवें कि बैबल कलां दे विच अणपछातियां जिहड़ी कह लो पुलिस दे परचे और बरगाड़ी केस दे विच सिख नौजवानों के उत्ते ही ईवन 2018 तक यह प्रचार चलता रहा और कई कुछ बशर्म तो यहोजे भी सके जिन्होंने 2018 दे विच डेरा प्रेमियों जो पहलियां अरैसटां मिंदरपाल बिट्टू ते शक्ति सिंह उन्हां दीआं पैंदियां उस तो बाद भी यह प्रचार करते रहे कि नहीं जी ये रुपिंदर ते जसविंदर दा जिहड़ा वो टैसट होना चाहिए, नारको टैसट होना चाहिए, उन्हों का फलाना टैसट होना चाहिए है ना, तो वह मैनू मतलब एड्डी बेशर्मी भी उन्होंने हाले तक जोर लगा भी किसी तरीके साबित करिए भी नहीं डेरा प्रेमियों ने नहीं सिखा ने बेइज्जती अपनी जी गुरु ग्रंथ साहब जी की बेइज्जती कराई सी, तो वह मतलब एक बड़ा बेशर्मा का धड़ा पंथकों का तो हैगा ही है, वो अकाली दल का आई टी विंग कह लो या उन्होंने जिहड़ियां समर्थक सो कॉल्ड पंथक सिस्टम जिहड़ा उन्होंने अपना एक बनाया होया जिहड़े धक्के नाल पंथक आगू बने हुए ने। सो वो इस केस दे विच अगों जिहड़ा हैगा इत्थे तक असीं हुण पहुँचे हुए हैं। बरगाड़ी का केस काफ़ी हद तक जिहड़ा वो सिरे लगा पर जिहो जिही सज़ा की उम्मीद सी उहो जे पड़ा दे उत्ते तां नहीं पहुँचिया, पर घट्टो घट दोषी आइडेंटिफाई दोवें केसां च हो चुके ने। एक केस दे विच मतलब जां ये कह लईए दोवें केसां दे विच ही मामूली जिहियां सज़ावां भुगत के दोषी जिहड़े वो चाहे वह बैबल कला कांड है चाहे कोटपुरा है तो चाहे वह बरगाड़ी है बड़िया मामूली जिहियां सज़ावां जिहड़ा वह भुगत के वो इस टाइम दोषी जिहड़े बाहर घूम रहे हैं। हैरानी की गल है भी 302 दे परचियां दे विच भी इन्हां केसां दे विच स्टेट ने अपना असली रुख दिखाया कि उन्हां दा असली रूप की है, सिखां दे प्रति उन्हां दा नज़रिया की है। 302 दे केसां दे विच भी एंटीसिपेटरी बेल्स मिलियां ने, ब्लैंकेट बेल मिलियां ने बहुत सारे केसों के सुमेर सैनी वर्गियां। सो स्टेट ने तो साबित करता कि जिहड़े स्टेट ने अपने पाले हुए कुत्ते ने जिन्हां दे जिन्हां जंगली कुत्तियां दे राही उन्होंने पंजाबियों का खून चूसिया है ना, तो जिहड़े वड्ढण दे लई पंजाबियों नूं छड्डे हुए सी उन्हां कुत्तियां नूं तां उह कदी भी अखीरले दम तक जिहड़ा उह सज़ा नहीं होण देणगे, स्टेट ने तां इह गल साबित कर दित्ती है। हुण उह स्टेट दे इस विहार तों बाद सिखां दी रणनीति की होनी चाहीदी है ਇਹਦੇ ਤੇ ਹਾਲੇ ਤੱਕ ਅਸੀਂ ਕੋਈ ਠੋਸ ਫੈਸਲਾ ਨਹੀਂ ਲੈ ਪਾ ਰਹੇ ਜੀ। ਇਹ ਸਿੱਟ ਦੀ ਇਨਵੈਸਟੀਗੇਸ਼ਨ ਕਰਦੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ, ਕਾਨੂੰਨੀ ਪ੍ਰਕਿਰਿਆ ਵੱਲੋਂ ਵੀ ਉਹਨਾਂ ਨੂੰ ਰੱਦ ਕੀਤਾ ਜਾਂਦਾ ਇੱਕ ਪੱਖੀ ਕਿਹਾ ਜਾਂਦਾ ਆ, ਪਰ ਦੂਜੇ ਪਾਸੇ ਜਿਹੜੀਆਂ ਰਾਜਸੀ ਪਾਰਟੀਆਂ ਨੇ ਅਕਾਲੀ ਪਾਰਟੀ ਹੈ ਜਾਂ ਕਾਂਗਰਸ ਪਾਰਟੀ ਹੈ ਉਹ ਵੀ ਕਿਤੇ ਨਾ ਕਿਤੇ ਉਹਨਾਂ ਉੱਪਰ ਨਿਸ਼ਾਨੇ ਸਾਧਦੇ ਆ, ਚਾਹੇ ਕੁੰਵਰ ਵਿਜੇ ਪ੍ਰਤਾਪ ਸਿੰਘ ਅਸਤੀਫਾ ਦੇ ਦਿੰਦੇ ਆ, ਪਰ ਕਿਵੇਂ ਦੇਖਦੇ ਹੋ ਕਿ ਉਹਨਾਂ ਦੀ ਜਿਹੜੀ ਰਿਪੋਰਟ ਉਹਨਾਂ ਨੂੰ ਉਹਨਾਂ ਦੇ ਵੱਲੋਂ ਜਿਹੜੀ ਕੋਰਟ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ? देखो उहदे विच सब तो बेहतर तो जिहड़ा मैनूं लगता कि उन्हां दी जांच दे उत्ते जिहड़ा सब तो वधिया हुण तक पड़चोल कीती है जिहड़े कि अदालतां दे विच गवाह भी रहे ने और पीड़तां वल्लों पेश हुंदे रहे ने एडवोकेट राजविंदर सिंह बैंस हुणी, उन्हां ने अपना उहदे ते बड़ा स्टीक जिहा पक्ष बैलेंस जिहा पक्ष रख्या है कि कित्थे जज दीआं गलतियां सी, कित्थे सरकार दे वकीलां दीआं गलतियां सी, कित्थे एडवोकेट जनरल दीआं गलतियां सी, और सब तो वड्डी गल कि जिहड़ा इनवैसटीगेटर अफसर सीगा ਉਹਦੀਆਂ ਕਿੱਥੇ ਜਿਹੜੇ ਲੂਪ ਹੋਲ ਛੱਡੇ ਗਏ ਜਿਸ ਗਰਾਊਂਡ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ, ਤਾਂ ਇਹਦੇ ਵਿੱਚ ਕਿਸੇ ਇੱਕ ਦੀ ਗਲਤੀ ਕੱਢਣੀ
ਤਾਂ ਮਤਲਬ ਹਲੇ ਜਾਇਜ਼ ਨਹੀਂ ਹੋਊਗੀ ਕਿ ਹਲੇ ਵੀ ਪੰਥਕ ਜਥੇਬੰਦੀਆਂ ਸਿਰਫ ਜੱਜ ਨੂੰ ਟਾਰਗੇਟ ਕਰ ਰਹੀਆਂ ਜੀ, ਜਦਕਿ ਇਹਦੇ ਵਿੱਚ ਇਕੁਅਲ ਰੋਲ ਸਰਕਾਰ ਦਾ, ਸਰਕਾਰ ਦੇ ਵਕੀਲਾਂ ਦਾ। ਔਰ ਜੇ ਕੋਈ ਇਨਵੈਸਟੀਗੇਟਰ ਦੇ ਉੱਤੇ ਅੱਜ ਸਵਾਲ ਉੱਠ ਵੀ ਰਹੇ ਨੇ ਤਾਂ ਕੀ 2.5 ਸਾਲ ਤੱਕ ਸਰਕਾਰ ਸੁੱਤੀ ਪਈ ਸੀ, ਜਿਹੜਾ ਐਡਾ ਇੰਪੋਰਟੈਂਟ ਕੇਸ ਆ ਸਰਕਾਰ ਦਾ। ਜਾਂ ਇਹ ਕਹਿ ਲਈਏ ਵੀ ਜਿਸ ਕੇਸ ਕਰਕੇ ਸਰਕਾਰ ਬਣੀ ਆ, ਉਹ ਇੰਨਾ ਉਸ ਕੇਸ ਨੂੰ ਲਾਈਟਲੀ ਲੈ ਰਹੇ ਸੀ ਕਿ 2.5 ਸਾਲ ਤੱਕ ਜਾਂਚ ਚੱਲਦੀ ਰਹੀ। ਜੇ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਨੁਕਸ ਸੀ ਤਾਂ ਸਰਕਾਰ ਨੇ ਉਹਨਾਂ ਉਸ ਦੌਰਾਨ ਇੰਟਰਫੇਅਰ ਕਿਉਂ ਨਹੀਂ ਕੀਤਾ ਜਦ ਤੱਕ ਹਾਈਕੋਰਟ ਦੇ ਵਿੱਚੋਂ ਜਾਂਚ ਰੱਦ ਨਹੀਂ ਹੋ ਗਈ। ਇਹਨਾਂ 2.5 ਸਾਲਾਂ ਦੇ ਦੌਰਾਨ ਜਦੋਂ ਸਿੱਟ ਦੇ ਮੈਂਬਰ ਆਪਸ ਦੇ ਵਿੱਚ ਸ਼ਰੇਆਮ ਲੜੇ, ਮੀਡੀਆ 'ਚ ਆ ਕੇ ਲੜੇ, ਔਰ ਇਹ ਗੱਲ ਸਾਹਮਣੇ ਆ ਗਈ ਕਿ ਜਿਹੜੀ ਸਿੱਟ ਦੇ ਬਾਕੀ ਮੈਂਬਰ ਸੀ, ਜਿਵੇਂ SSP ਸਤਿੰਦਰ ਸਿੰਘ ਸੀ ਜਾਂ ADGP ਪ੍ਰਬੋਧ ਕੁਮਾਰ ਸੀ ਜਾਂ ਹੋਰ ਜਿਹੜੇ ਅਫਸਰ ਸੀਗੇ, ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਹੋਣਾ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਹੋਇਆ। ਉਹ ਜਾਂਚ ਦੇ ਵਿੱਚ ਪਾਰਟੀਸਪੇਟ ਨਹੀਂ ਕਰ ਰਹੇ, ਹੈ ਨਾ, ਜਾਂ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਨੇ, ਉਹ ਜਾਂਚ ਨਹੀਂ ਕਰ ਰਹੇ। ਤਾਂ ਸਰਕਾਰ ਨੇ ਉਦੋਂ ਕੀ ਨਵੇਂ ਅਫਸਰ ਕੋਈ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਜਾਂ ਉਸ ਅਫਸਰਾਂ ਦੀ ਆਪਸੀ ਖਿੱਚੋਤਾਣ ਨੂੰ ਉਹਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ? ਜੇ ਕੋਈ ਕਾਰਨ ਰੀਜ਼ਨੇਬਲ ਸੀਗੇ ਤਾਂ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕੀ ਕੀਤੀ? ਕੀ ਸਰਕਾਰ ਨੂੰ ਇਹ ਗੱਲ ਸਮਝ ਨਹੀਂ ਸੀ ਆ ਰਹੀ? ਦੋਸ਼ੀਆਂ ਨੂੰ ਸਮਝ ਆ ਰਿਹਾ ਸੀ ਕਿ ਜੇ ਸਿੱਟ ਦੇ ਮੈਂਬਰ ਆਪਸ 'ਚ ਇਸ ਤਰੀਕੇ ਨਾਲ ਪਬਲਿਕਲੀ ਲੜਨਗੇ ਤਾਂ ਇਹਦਾ ਫਾਇਦਾ ਕਿਹਨੂੰ ਹੋਣਾ ਕੋਰਟ 'ਚ ਅਲਟੀਮੇਟਲੀ ਜਦੋਂ ਚਲਾਨ ਪੇਸ਼ ਹੋਣਗੇ? ਔਰ ਉਸ ਇਨਵੈਸਟੀਗੇਸ਼ਨ ਦੇ ਉੱਤੇ ਦੋਸ਼ੀਆਂ ਨੂੰ ਇੱਕ ਗਰਾਊਂਡ ਮਿਲ ਜਾਣੀ ਹੈ ਇਨਵੈਸਟੀਗੇਸ਼ਨ ਦੇ ਉੱਤੇ ਹੀ ਸਵਾਲ ਚੱਕਣ ਲਈ। ਤਾਂ ਉਹ ਸਾਰੇ ਜਿਹੜੇ ਲੂਪ ਹੋਲ ਰਹੇ ਆ, ਉਹ ਕੀ ਸਰਕਾਰ ਦੀ ਨਿਗਾਹ 'ਚ ਨਹੀਂ ਆਏ? ਦੋਸ਼ੀਆਂ ਦੀ ਨਿਗਾਹ 'ਚ ਤਾਂ ਆ ਗਏ, ਸਰਕਾਰ ਨੂੰ ਨਹੀਂ ਦੱਸਿਆ ਕਿ ਉਹ ਸਰਕਾਰ ਦੀ ਜਿਹੜੀ ਲੀਗਲ ਟੀਮ ਸੀ, ਐਡਵੋਕੇਟ ਜਨਰਲ ਸੀ, ਜਦੋਂ ਐਡੇ ਇੰਪੋਰਟੈਂਟ ਕੇਸ ਦੇ ਉੱਤੇ ਉਹ ਕੰਮ ਕਰ ਰਿਹਾ ਸੀ ਕਿ ਉਹਨੂੰ ਨਹੀਂ ਸੀ ਪਤਾ ਕਿ ਇਹਦਾ ਕੋਰਟ 'ਚ ਜਾ ਕੇ ਨੁਕਸਾਨ ਹੋਊਗਾ? ਤਾਂ ਉਦੋਂ ਤੱਕ ਜਦੋਂ ਤੱਕ ਨੁਕਸਾਨ ਹੋ ਨਹੀਂ ਗਿਆ, ਕਿਸੇ ਨੇ ਵੀ ਉਸ ਹੋਣ ਵਾਲੇ ਨੁਕਸਾਨ ਤੋਂ ਬਚਣ ਦੀ ਜਾਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੀ। ਜਦੋਂ ਇਹ ਵਰਤਾਰੇ ਵਾਪਰਦੇ ਆ ਤਾਂ ਉਸ ਵਕਤ ਅਕਾਲੀ ਪਾਰਟੀ ਦਾ ਰਾਜ ਹੈ, ਉਸ ਤੋਂ ਬਾਅਦ ਜਿਹੜੀ ਕਾਂਗਰਸ ਸੱਤਾ ਵਿੱਚ ਆਉਂਦੀ ਹੈ, ਚਾਹੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਸਾਹਿਬ ਵੱਲੋਂ ਗੁਟਕਾ ਸਾਹਿਬ ਦੀ ਕਸਮ ਖਾਧੀ ਜਾਂਦੀ ਹੈ, ਇਸ ਤਰ੍ਹਾਂ ਦੇ ਤਮਾਮ ਜਿਹੜੇ ਕੰਮ ਕੀਤੇ ਜਾਂਦੇ ਆ, ਪਰ ਹੁਣ ਕੀ ਮੰਨਿਆ ਜਾਵੇ, ਨਾ ਅਕਾਲੀਆਂ ਦੇ ਰਾਜ ਵੇਲੇ ਇਨਸਾਫ, ਨਾ ਕਾਂਗਰਸ ਦੇ ਰਾਜ ਵੇਲੇ ਇਨਸਾਫ ਮਿਲਦਾ ਆ, ਕੀ ਮੰਨਿਆ ਜਾਵੇ? ਜਾਂ ਕੈਪਟਨ ਸਾਹਿਬ ਜਾਂ ਬਾਦਲ ਸਾਹਿਬ ਇਹ ਆਪਸ ਦੇ ਵਿੱਚ ਮਿਲੇ ਹੋਏ ਨੇ, ਕੀ ਅੰਦਾਜ਼ਾ ਲਾਇਆ ਜਾ ਸਕਦਾ ਹੈ? ਸਿਰਫ ਇੰਨੀ ਗੱਲ ਨਹੀਂ ਹੈ, ਉਹਦੇ ਪਿੱਛੇ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਸਟੇਟ ਨੇ ਆਪਣਾ ਰਵੱਈਆ ਜਗ ਜ਼ਾਹਰ ਕਰਤਾ ਜੀ। ਜਿਵੇਂ ਦੇਖੋ, ਇਹ ਪੰਜਾਬ ਵਰਗੇ ਇੱਕ ਛੋਟੇ ਜਿਹੇ ਸੂਬੇ, ਤੁਸੀਂ ਜਦੋਂ ਭੂਗੋਲਿਕ ਤੌਰ 'ਤੇ ਦੇਖੋਗੇ ਉਹ ਜਿੰਨਾ ਮਰਜ਼ੀ ਇੰਪੋਰਟੈਂਟ ਹੋਵੇ, ਜਦੋਂ ਇਹ ਗੱਲ ਤਾਂ ਸਾਫ਼ ਹੈ ਕਿ ਪੰਜਾਬ ਹੋਵੇ, ਕਸ਼ਮੀਰ ਹੋਵੇ, ਔਰ ਖਾਸ ਕਰਕੇ ਜਿਹੜੇ ਸੈਂਸਿਟਿਵ ਸਟੇਟਸ ਨੇ ਜਿਹੜੀਆਂ, ਉਹ ਓਪਰੇਟ ਜਿਹੜੀਆਂ ਦਿੱਲੀ ਤੋਂ ਹੁੰਦੀਆਂ ਨੇ, ਉਹ ਸਟੇਟ ਦੇ ਡੀਪ ਸਟੇਟ ਦੇ ਫੈਸਲੇ ਹੁੰਦੇ ਨੇ, ਏਜੰਸੀਆਂ ਦੇ ਫੈਸਲੇ ਹੁੰਦੇ ਨੇ ਐਡੇ ਇੰਪੋਰਟੈਂਟ ਕੇਸਾਂ 'ਚ, ਜਿਨ੍ਹਾਂ ਨਾਲ ਪੰਜਾਬ ਦੀ ਸਿਆਸਤ ਹੀ ਬਦਲ ਜਾਂਦੀ ਹੈ, ਜਿਹਦੇ ਨਾਲ ਇੱਕ ਕੌਮ ਪੂਰੀ ਇਕਮੁੱਠ ਹੋ ਕੇ ਇੱਕ ਵੱਡੀ ਬਗਾਵਤ ਖੜੀ ਕਰ ਸਕਦੀ ਹੈ। ਉਹਨਾਂ ਕੇਸਾਂ ਦੇ ਵਿੱਚ ਇੱਕ ਜਿਹੜਾ ਸਟੇਟ ਦਾ ਰਵੱਈਆ ਹੁਣ ਤੱਕ ਦਾ ਵੀ, ਵੱਡੇ ਜਿਹੜੇ ਕੇਸਿਸ ਨੇ ਜਿਹਦੇ ਵਿੱਚ ਪੂਰੀ ਕੌਮ ਨੂੰ ਇਹ ਲੱਗੇ ਕਿ ਇਨਸਾਫ ਮਿਲ ਗਿਆ ਜਾਂ ਮਿਲ ਸਕਦਾ, ਉਹ ਇਹੋ ਜਿਹੀ ਕੋਈ ਉਮੀਦ ਜਿਹੜੀ ਹੈ ਉਹ ਪੂਰੀ ਕੌਮ ਦੀ ਕਦੀ ਸਿਰੇ ਨਹੀਂ ਚੜ੍ਹਨ ਦੇਣਗੇ। ਸਟੇਟ ਨੇ ਕੋਈ ਵੀ ਇਹੋ ਜਿਹਾ ਵੱਡਾ ਫੈਸਲਾ, ਕਿਸੇ ਇੰਡੀਵਿਜੁਅਲ ਦੇ ਕੇਸਾਂ ਦੇ ਵਿੱਚ ਸਿੱਖਾਂ ਨੂੰ ਕੋਰਟਾਂ ਤੋਂ ਇਨਸਾਫ ਮਿਲਣਾ ਕੋਈ ਵੱਡੀ ਗੱਲ ਨਹੀਂ ਹੈ, ਪੂਰੀ ਕੌਮ ਦੇ ਜਜ਼ਬਾਤ ਜਦੋਂ ਕਿਸੇ ਕੇਸ ਨਾਲ ਜੁੜੇ ਜਾਂਦੇ ਨੇ, ਜਿਹੜੀ ਇੱਕ ਕੌਮੀ ਇਨਸਾਫ ਦੀ ਗੱਲ ਕਰ ਲਈ ਹੈ ਨਾ, ਉਹਦੇ ਵਿੱਚ ਸਟੇਟ ਦਾ ਇੱਕ ਜਿਹੜੀ ਧਾਰਨਾ ਪੱਕੀ ਹੈ ਕਿ ਉਹਨਾਂ ਨੇ ਕਦੀ ਇਨਸਾਫ ਨਹੀਂ ਦੇਣਾ। ਦੂਜੀ ਗੱਲ, ਉਹ ਬੰਦੇ ਜਿਹੜੇ ਉਹਨਾਂ ਨੇ ਸਟੇਟ ਜਿਹੜੇ ਪੰਜਾਬ ਜਾਂ ਸਿੱਖਾਂ ਦੇ ਅਗੇਂਸਟ ਜਿਹੜੇ ਬੰਦੇ ਸਟੇਟ ਨੇ ਵਰਤੇ ਹੋਣ ਲੰਬੇ ਸਮੇਂ ਤੱਕ, ਜਿਵੇਂ ਸੁਮੇਧ ਸੈਣੀ ਹੈ, ਉਮਰਾ ਰੰਗਲ ਹੈ, ਇਹਨਾਂ ਨੂੰ ਉਹ ਫੇਕ ਇਨਕਾਊਂਟਰਸ ਦੇ ਵਿੱਚ ਵੀ ਜਿਹੜਾ ਉਹ ਵਰਤਦੇ ਰਹੇ ਨੇ, ਹੈ ਨਾ, ਇਹ ਸਟੇਟ ਲਈ ਜਿਹੜੇ ਡਾਇਰੈਕਟ ਸਟੇਟ ਲਈ ਕੰਮ ਕਰਨ ਵਾਲੇ ਬੰਦੇ ਨੇ, ਇਹਨਾਂ ਨੂੰ ਉਹ ਹਰ ਹਿੱਲੇ ਇਸ ਕਰਕੇ ਬਚਾਉਂਦੇ ਨੇ ਕਿ ਜੇ ਅੱਜ ਇਹ ਮਰ ਜਾਂਦੇ ਨੇ ਆਖਰੀ ਸਮੇਂ 'ਤੇ ਤਾਂ ਦੁਬਾਰਾ ਸਟੇਟ ਲਈ ਐਡੇ ਵਫਾਦਾਰ ਬੰਦੇ ਕੋਈ ਬਣਨ ਲਈ ਤਿਆਰ ਨਹੀਂ ਹੋਏਗਾ ਜੀ। ਤਾਂ ਇਹ ਇੱਕ ਵੱਡਾ ਕਾਰਨ ਹੈ ਕਿ ਅਸੀਂ ਜਦ ਤੱਕ ਕੋਈ ਬਹੁਤ ਵੱਡਾ ਦਬਾਅ ਸਟੇਟ ਦੇ ਉੱਤੇ ਨਾ ਪਵੇ, ਤਦ ਤੱਕ ਇਹੋ ਜਿਹੇ ਮਸਲਿਆਂ ਦੇ ਵਿੱਚ ਕੌਮੀ ਇਨਸਾਫ ਮਿਲਣ ਦੀ ਸੰਭਾਵਨਾ ਘੱਟ ਹੁੰਦੀ ਹੈ। ਪਰ ਅਲਟੀਮੇਟਲੀ ਅਸੀਂ ਉਹਨੂੰ ਰਿਐਕਟ ਕਿਵੇਂ ਕਰਦੇ ਹਾਂ, ਔਰ ਕੀ ਅਸੀਂ ਉਸ ਨਾ ਮਿਲਣ ਵਾਲੇ ਇਨਸਾਫ ਦੇ ਪ੍ਰਤੀ ਇਹ ਸੋਚ ਕੇ ਘਰ ਬੈਠ ਜਾਂਦੇ ਹਾਂ, ਹੈ ਨਾ, ਵੀ ਮਿਲਣਾ ਤਾਂ ਹੈ ਨਹੀਂ ਭਾਈ, ਫਿਰ ਜ਼ੋਰ ਵੀ ਕਿਉਂ ਲਾਉਣਾ ਜਾਂ ਆਵਾਜ਼ ਵੀ ਕਿਉਂ ਚੱਕਣੀ? ਹੁਣ ਤੱਕ ਸਿੱਖਾਂ ਨੂੰ ਦੁਨੀਆ ਭਰ 'ਚੋਂ ਮਿਲਣ ਵਾਲੀ ਹਮਦਰਦੀ ਅਤੇ ਸਤਿਕਾਰ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਦੁਨੀਆ ਜਾਣਦੀ ਹੈ ਭਾਰਤ ਤੋਂ ਬਾਹਰ ਕਿ ਸਿੱਖਾਂ ਨਾਲ ਭਾਰਤ ਦੇ ਵਿੱਚ ਬੇਇਨਸਾਫੀ ਹੋਈ ਹੈ। ਜਦੋਂ ਸਾਡਾ ਕਿਰਦਾਰ ਦੇਖਦੇ ਨੇ ਅਤੇ ਜਦੋਂ ਸਾਡੇ ਨਾਲ ਹੋਣ ਵਾਲੀਆਂ ਬੇਇਨਸਾਫੀਆਂ ਨੂੰ ਦੇਖਦੇ ਨੇ, ਫਿਰ ਉਹ ਜਸਟੀਫਾਈ ਨਹੀਂ ਕਰ ਪਾਉਂਦੇ, ਹੈ ਨਾ। ਤਾਂ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਇਹਨਾਂ ਨਾਲ ਧੱਕਾ ਤਾਂ ਘੱਟੋ ਘੱਟ ਨਹੀਂ ਹੋਣਾ ਚਾਹੀਦਾ, ਜਿਹੜੇ ਕੋਲ ਦੁਨੀਆ ਦੇ ਵਿੱਚ ਪਿਆਰ ਮੁਹੱਬਤ ਅਤੇ ਸੇਵਾ ਵੰਡ ਰਹੇ ਹਨ, ਇਹਨਾਂ ਨਾਲ ਐਡੀਆਂ ਵੱਡੀਆਂ ਬੇਇਨਸਾਫੀਆਂ ਨਹੀਂ ਹੋਣੀਆਂ ਚਾਹੀਦੀਆਂ। ਅਤੇ ਜਿਹੜਾ ਅਸੀਂ ਸੰਘਰਸ਼ ਕਰਦੇ ਹਾਂ, ਇਹ ਘੱਟੋ ਘੱਟ ਜਿਹੜਾ ਸਟੇਟ ਦਾ ਦੁਨੀਆ ਭਰ ਦੇ ਵਿੱਚ ਇੱਕ ਚਿਹਰਾ ਹੈ,
ਉਹਨੂੰ ਬੇਨਕਾਬ ਕਰਦਾ ਅਤੇ ਨੰਗਾ ਕਰਦਾ ਅਤੇ ਉਹਦੇ ਨਾਲ ਦੁਨੀਆ ਭਰ ਦੇ ਵਿੱਚ ਜਿੱਥੇ ਸਾਨੂੰ ਸਮਰਥਨ ਮਿਲਦਾ ਅਤੇ ਇੱਥੋਂ ਇੱਥੇ ਵੀ ਜੇ ਅਸੀਂ ਇੱਕੋ ਹੀ ਮੁੱਦੇ ਦੇ ਉੱਤੇ ਲਗਾਤਾਰ ਕੰਸਿਸਟੈਂਟਲੀ ਜਿਹੜਾ ਇੱਕੋ ਜਿਹਾ ਦਬਾਅ ਬਣਾਈ ਰੱਖੀਏ ਤਾਂ ਕੋਈ ਵੱਡੀ ਗੱਲ ਨਹੀਂ ਕਿ ਇਹਨਾਂ ਵੱਡੇ ਮੁੱਦਿਆਂ ਦੇ ਵਿੱਚ ਵੀ ਸਟੇਟ ਨੂੰ ਇਨਸਾਫ ਦੇਣਾ ਪਵੇਗਾ। ਉਹਨਾਂ ਨੂੰ ਆਪਣੇ ਇਹੋ ਜਿਹੇ ਜਿਹੜੇ ਪਾਲੇ ਹੋਏ ਕੁੱਤਿਆਂ ਦੀ ਬਲੀ ਦੇਣੀ ਪਵੇਗੀ ਇਨਸਾਫ ਦੇ ਕੇ। ਉਹਦਾ ਕਾਰਨ ਇੱਕ ਵੀ ਰਿਹਾ ਕਿ ਅਸੀਂ ਕੰਸਿਸਟੈਂਟ ਨਹੀਂ ਰਹਿ ਪਾਉਂਦੇ, ਹੈ ਨਾ। ਵੀ ਜੇ ਇਹਨਾਂ 6 ਸਾਲਾਂ ਦੇ ਵਿੱਚ ਜੇ ਅਸੀਂ ਬਰਗਾੜੀ ਨੂੰ ਰਿਲੇਟਡ ਸੰਘਰਸ਼ ਦਾ ਪੀਕ ਦੇਖੀਏ ਤਾਂ ਉਹ 1 ਜੂਨ 2018 ਤੋਂ ਲੈ ਕੇ 1 ਅਕਤੂਬਰ ਤੱਕ ਦਾ ਹੀ ਹੈ। ਉਸ ਤੋਂ ਬਾਅਦ ਸਭ ਨੇ ਆਪਣੀਆਂ ਆਪਣੀਆਂ ਕੋਸ਼ਿਸ਼ਾਂ ਕੀਤੀਆਂ, ਅਸੀਂ ਵੀ ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨੇ ਲਾਏ, ਖਾਸ ਕਰਕੇ ਉਦੋਂ ਜਦੋਂ ਪੰਜਾਬ ਦੀ ਸਿਆਸਤ 'ਚੋਂ ਮੁੱਦਾ ਬਾਹਰ ਹੋ ਗਿਆ ਸੀ। ਸਾਨੂੰ ਲੱਗਦਾ ਸੀ ਵੀ ਹੁਣ 2021-22 ਦੇ ਨੇੜੇ ਜਾ ਕੇ ਮੁੱਦਾ ਛਾਊਗਾ, 2019-20 ਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ ਸੀ ਕਰ ਰਿਹਾ ਇਸ ਮੁੱਦੇ ਦੇ ਉੱਤੇ, ਕਿਸੇ ਦੇ ਏਜੰਡੇ 'ਤੇ ਹੈ ਨਹੀਂ ਸੀ। ਤਾਂ ਉਦੋਂ ਅਸੀਂ ਇਹਦੀ ਬਣਦੀ ਜਗ੍ਹਾ ਜਿਹੜੀ ਹੈ ਇਸ ਮੁੱਦੇ ਦੀ ਉਹਨੂੰ ਪੰਜਾਬ ਦੀ ਸਿਆਸਤ ਦੇ ਕੇਂਦਰ ਬਿੰਦੂ 'ਚ ਲਿਆਉਣ ਲਈ ਕੰਮ ਕੀਤਾ। ਉਸ ਤੋਂ ਬਾਅਦ ਉਹ ਆਇਆ ਵੀ, ਰਣਵੀਰ ਸਿੰਘ ਖੱਟੜੇ ਹੋਣਾ ਦਾ ਹੀ ਨਵੀਂ ਦੁਬਾਰਾ ਸਿੱਟ ਵੀ ਬਣੀ, ਉਹਦੇ 'ਚ ਚਲਾਨ ਵੀ ਪੇਸ਼ ਹੋਇਆ, ਰਾਮ ਰਹੀਮ ਨੂੰ ਨਾਮਜ਼ਦ ਵੀ ਕੀਤਾ ਗਿਆ। ਹਲਕੀ ਫੁਲਕੀ ਜਿਹੜੀ ਆ ਉਹ ਅਪਡੇਟ ਜ਼ਰੂਰ ਰਹੀ, ਪਰ ਇੱਕ ਜਿਹੜਾ ਕਹਿ ਲਈਏ ਵੀ ਕੰਪਲੀਟ ਜਿਹੜਾ ਇਨਸਾਫ ਹੈ, ਇਨਸਾਫ ਤਾਂ ਸਜ਼ਾ ਤਾਂ ਬਹੁਤ ਦੂਰ ਦੀ ਗੱਲ ਆ, ਅਸੀਂ ਇੱਕ ਚੰਗਾ ਟਰਾਇਲ ਹੀ ਨਹੀਂ ਹਲੇ ਤੱਕ ਕੋਰਟ 'ਚ ਸ਼ੁਰੂ ਹੋ ਪਾਇਆ। ਮਤਲਬ ਜਿਵੇਂ ਇਹ ਕਹੀਏ ਵੀ ਕੋਟਕਪੁਰੇ ਦਾ ਅਤੇ ਜਿਹੜਾ ਬਹਿਬਲ ਕਲਾਂ ਦਾ ਤਾਂ ਚੰਗੀ ਤਰ੍ਹਾਂ ਟਰਾਇਲ ਹੀ ਨਹੀਂ ਹਲੇ ਤੱਕ ਸ਼ੁਰੂ ਹੋ ਪਾਇਆ। ਹਲੇ ਤੱਕ ਤਾਂ ਮਤਲਬ 10-10 ਸਿਆਂ 'ਚ ਤਾਂ ਚਲਾਨ ਪੇਸ਼ ਹੋ ਰਹੇ ਨੇ ਹਰ 3-3 ਮਹੀਨੇ ਬਾਅਦ, ਅਤੇ ਸੁਭਾਵਿਕ ਹੈ ਫਿਰ 3-3 ਸਾਲ ਤਾਂ ਐਂ ਨਿਕਲ ਜਾਣਗੇ, ਅਤੇ 3 ਸਾਲਾਂ ਬਾਅਦ ਜਦੋਂ 3 ਸਾਲ ਨਿਕਲ ਗਏ ਉਸ ਤੋਂ ਬਾਅਦ ਉਹ ਚਲਾਨ ਰੱਦ ਹੋ ਜਾਂਦੇ, ਹੁਣ ਅਗਲੇ 3 ਸਾਲ ਫਿਰ ਅਸੀਂ ਅਗਲੀ ਆਸ 'ਤੇ ਬੈਠਾਂਗੇ। ਅਤੇ ਸਿਚੁਏਸ਼ਨ ਇਹੋ ਜਿਹੀ ਖੜੀ ਕਰ ਦਿੱਤੀ ਜਾਂਦੀ ਹੈ ਕਿ ਤੁਸੀਂ ਸਰਕਾਰ ਨੂੰ ਛੱਡ ਕੇ ਉਹਨਾਂ ਨੂੰ ਜਵਾਬਦੇਹ ਬਣਾ ਰਹੇ ਹੋ ਜਿਹੜੇ ਲੋਕਾਂ ਦੀ ਕਚਹਿਰੀ 'ਚ ਜਵਾਬਦੇਹ ਹੈ ਹੀ ਨਹੀਂ ਗੇ। ਅਸੀਂ ਹਾਈਕੋਰਟ ਦੇ ਜੱਜ ਨੂੰ ਲੱਕ ਘੜੀਸੀ ਜਾਈਏ, ਹੈ ਨਾ, ਜਾਂ ਇਨਵੈਸਟੀਗੇਟਰ ਜਿਹੜੀ ਸਿੱਟ ਸੀ ਜਾਂ ਤਾਂ ਉਹ ਜਵਾਬਦੇਹ ਹੈ, ਜਾਂ ਸਰਕਾਰ ਜਵਾਬਦੇਹ ਹੈ, ਅਤੇ ਜਾਂ ਸਰਕਾਰ ਦੀ ਜਿਹੜੀ ਲੀਗਲ ਟੀਮ ਸੀ ਉਹ ਜਵਾਬਦੇਹ ਹੈ। ਜੱਜ ਨੂੰ ਇੰਨਾ ਜਵਾਬਦੇਹ ਬਣਾਉਣ ਦਾ ਕੋਈ ਫਾਇਦਾ ਨਹੀਂ ਹੋਣਾ, ਉਹਦੇ 'ਚੋਂ ਨਿਕਲਣਾ ਕੁਛ ਨਹੀਂ। ਜਿਨ੍ਹਾਂ ਦੇ ਉੱਤੇ ਦਬਾਅ ਪਾਇਆ ਜਾ ਸਕਦਾ, ਜਿਨ੍ਹਾਂ 'ਤੇ ਦਬਾਅ ਪਾਉਣ ਦਾ ਫਾਇਦਾ ਹੋਏਗਾ, ਬਿਹਤਰ ਹੋਏਗਾ, ਉਹਨਾਂ ਨੂੰ ਟਾਰਗੇਟ ਕਰੀਏ। ਸਿੱਖ ਚਿੰਤਕਾਂ ਦੇ ਮਨ ਦੇ ਵਿੱਚ ਅਜੇ ਵੀ ਨਿਰਾਸ਼ਤਾ ਪੈਦਾ ਹੈ ਕਿਉਂਕਿ ਬਰਗਾੜੀ ਵਾਲੇ ਮੋਰਚੇ ਤੋਂ ਬਾਅਦ ਉਸ ਮੋਰਚੇ ਨੂੰ ਉਠਾ ਲਿਆ ਜਾਂਦਾ ਆ, ਪਰ ਅਜੇ ਐਜੀਟੇਸ਼ਨ ਚੱਲਦਾ ਹੈ। ਮੌਜੂਦਾ ਸਮੇਂ ਦੀ ਗੱਲ ਕਰੀਏ, ਪਰ ਜੇ ਐਜੀਟੇਸ਼ਨ ਦੀ ਜਾਂ ਬਰਗਾੜੀ ਵਾਲੇ ਮੋਰਚੇ ਦੀ ਗੱਲ ਕਰੀਏ, ਉਸ ਮੋਰਚੇ ਨੂੰ ਲੈ ਕੇ ਵੀ ਅਸੀਂ ਜਿਹੜੀ ਨੌਜਵਾਨੀ ਲੀਡਰਸ਼ਿਪ ਸੀ ਕਿਉਂ ਨਹੀਂ ਅੱਗੇ ਲੈ ਕੇ ਆ ਸਕੇ, ਕੀ ਕਾਰਨ ਰਹਿ, ਕੀ ਮੰਨਦੇ ਹੋ? ਦੇਖੋ, ਇੱਕ ਜਿਹੜਾ ਵੱਡਾ ਕਾਰਨ ਇਹ ਵੀ ਹੈ ਕਿ ਇਸ ਸਾਰੇ ਦੌਰਾਨ ਜਿਵੇਂ ਮੈਂ ਕਿਹਾ ਵੀ ਅਸੀਂ ਕੰਸਿਸਟੈਂਟ ਨਹੀਂ ਰੱਖ ਸਕੇ ਉਸ ਦਬਾਅ ਨੂੰ, ਉਹਦਾ ਕਾਰਨ ਹੈ ਵੀ ਇਹ ਪੰਥਕ ਲੀਡਰਸ਼ਿਪ ਦਾ ਵੀ ਫੇਲੀਅਰ ਹੈ। ਔਰ ਜੇ ਇੱਕ ਬਰਗਾੜੀ ਮੋਰਚੇ ਨੂੰ ਵਿੱਚੋਂ, ਮਤਲਬ ਇਹਦੇ ਬਾਰੇ ਅਲੱਗ ਅਲੱਗ ਪਰਸੈਪਸ਼ਨਸ ਨੇ ਸਭ ਦੀਆਂ ਕਿ ਇਹ ਫੇਲ ਹੋਇਆ, ਹੈ ਨਾ, ਵਿਕ ਗਿਆ, ਜਿਵੇਂ ਅਲੱਗ ਅਲੱਗ ਪੋਲੀਟੀਕਲ ਲੋਕ ਵੀ ਅੱਜ ਵੀ ਜਦੋਂ ਬਰਗਾੜੀ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਵੱਡੇ ਸਵਾਲ ਜਿਹੜੇ ਬਰਗਾੜੀ ਮੋਰਚੇ 'ਤੇ ਚੱਕੇ ਜਾਂਦੇ ਨੇ, ਖਾਸ ਕਰਕੇ ਜਿਹੜੇ ਉਦੋਂ ਮੋਰਚੇ ਦੀ ਮੁੱਢਲੀ ਟੀਮ ਦੇ ਵਿੱਚ ਨਹੀਂ ਸੀ। ਤਾਂ ਉਹਦੇ ਵਿੱਚ ਜੇ ਅਸੀਂ ਇਮਾਨਦਾਰੀ ਨਾਲ ਅਨਾਲਿਸਿਸ ਕਰੀਏ ਤਾਂ ਬਰਗਾੜੀ ਮੋਰਚਾ ਸੱਚਾਈ ਹੈ ਕਿ 100% ਕਾਮਯਾਬ ਨਹੀਂ ਹੋਇਆ। ਖਾਸ ਤੌਰ 'ਤੇ ਜਿੱਡੀ ਵੱਡੀ ਸਮਰੱਥਾ ਉਸ ਮੋਰਚੇ ਨੇ ਪੈਦਾ ਕਰਤੀ ਸੀ, ਉਡੀ ਸਮਰੱਥਾ ਸ਼ਾਇਦ, ਮਤਲਬ ਸਰਬੱਤ ਖਾਲਸੇ ਤੋਂ ਬਾਅਦ ਜਾ ਕੇ 3 ਸਾਲਾਂ ਬਾਅਦ ਜਾ ਕੇ ਉਸ ਉਡੀ ਤਾਕਤ ਕੌਮ ਦੀ ਉਸ ਮੋਰਚੇ ਨੇ ਇਕੱਠੀ ਕਰ ਲਈ ਸੀ। ਜਿੰਨੀ ਸਮਰੱਥਾ ਸੀਗੀ ਟੇਬਲ ਟਾਕ ਦੇ ਵਿੱਚੋਂ, ਨੈਗੋਸੀਏਸ਼ਨ ਦੇ ਵਿੱਚੋਂ ਓਨਾ ਕੁਛ ਨਹੀਂ ਖੱਟਿਆ ਜਾ ਸਕਿਆ। ਪਰ ਜਿਹੜੀ ਇੱਕ ਵੱਡੀ ਕਲੰਕ ਜਿਹੜਾ 2015 ਦੇ ਵਿੱਚ ਸੁਖਬੀਰ ਬਾਦਲ ਜਾਂ ਉਹਦੀ ਜੁੰਡਲੀ ਨੇ ਜਿਹੜਾ ਸਿੱਖਾਂ ਦੇ ਸਿਰ ਮੜਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਸਿੱਖਾਂ ਨੇ ਕਰਾਈ ਹੈ, ਔਰ ਉਹਦਾ ਆਈ ਟੀ ਵਿੰਗ ਲਗਾਤਾਰ 3 ਸਾਲ ਤੋਂ ਕੰਮ ਕਰਦਾ ਆ ਰਿਹਾ ਸੀ, ਅਤੇ ਉਹ ਕਲੰਕ ਜਿਹੜਾ ਬਰਗਾੜੀ ਮੋਰਚੇ ਦੇ ਕੋਲੋਂ ਜ਼ਰੂਰ ਰੱਥਿਆ। ਜਿਵੇਂ ਮੈਂ ਪਹਿਲਾਂ ਕਿਹਾ ਵੀ 1 ਜੂਨ ਨੂੰ ਮੋਰਚਾ ਸ਼ੁਰੂ ਹੁੰਦਾ ਅਤੇ ਅਸਲ ਕੰਮ ਉਸ ਤੋਂ ਹਫ਼ਤੇ ਬਾਅਦ ਜਦੋਂ ਡੇਰਾ ਪ੍ਰੇਮੀਆਂ ਦੀਆਂ ਬਰਗਾੜੀ ਦੇ ਵਿੱਚ ਕੇਸ ਦੇ ਵਿੱਚ ਅਰੈਸਟ ਪੈ ਜਾਂਦੀ ਹੈ, ਗ੍ਰਿਫਤਾਰੀਆਂ ਹੋ ਜਾਂਦੀਆਂ, ਤਾਂ ਜਦੋਂ ਅਸਲ ਦੋਸ਼ੀ ਫੜੇ ਜਾਂਦੇ ਨੇ ਘੱਟੋ ਘੱਟ ਇੱਕ ਦਾਗ ਧੁੱਪਦਾ, ਅਤੇ ਦੂਜਾ ਦੋਸ਼ੀ ਆਈਡੈਂਟੀਫਾਈ ਹੋ ਜਾਂਦੇ ਨੇ ਵੀ ਕਿਹਨਾਂ ਨੇ ਕਰਾਇਆ, ਔਰ ਉਹਦੀ ਪੂਰੀ ਗਰਾਊਂਡ ਪਤਾ ਲੱਗ ਜਾਂਦੀ ਹੈ, ਹੈ ਨਾ। ਤਾਂ ਉਹ ਇੱਕ ਮੈਨੂੰ ਲੱਗਦਾ ਕਿ ਇੱਦਾਂ ਨਹੀਂ ਕਿਹਾ ਜਾ ਸਕਦਾ ਕਿ ਬਰਗਾੜੀ ਮੋਰਚਾ 100% ਫੇਲ ਹੋਇਆ। ਹਾਂ, ਇਹ ਕਹਿ ਸਕਦੇ ਕਿ ਜਿੱਡੀ ਵੱਡੀ ਸਮਰੱਥਾ ਸੀ ਉਨੀ ਪ੍ਰਾਪਤੀ ਨਹੀਂ ਕੀਤੀ ਜਾ ਸਕੀ। ਬੰਦੀ ਸਿੰਘਾਂ ਦੀ ਰਿਹਾਈ 'ਤੇ ਵੀ ਉਸ ਤੋਂ ਬਾਅਦ ਕੰਮ ਸ਼ੁਰੂ ਹੋਇਆ, ਹਾਲਾਂਕਿ ਨਿੱਜੀ ਕਾਰਨਾਂ ਕਰਕੇ ਨਹੀਂ ਕਹਿ ਰਿਹਾ, ਮੈਂ ਜ਼ਿੰਦਗੀ 'ਚ ਅੱਜ ਤੱਕ ਕਦੀ ਧਿਆਨ ਸਿੰਘ ਮਾਂਡਾ ਨੂੰ ਨਹੀਂ ਮਿਲਿਆ। ਪਰ ਅਸੀਂ ਓਵਰਆਲ ਜਦੋਂ ਕਿਸੇ ਦਾ ਅਨਾਲਿਸਿਸ ਕਰਦੇ ਹਾਂ, ਸਾਡੇ 'ਚ ਇੱਕ ਇਹ ਵੀ ਬੜਾ ਵੱਡਾ ਟ੍ਰੈਂਡ ਚੱਲ ਪਿਆ ਕਿ ਅਸੀਂ ਆਪਣੀ ਜਿੱਤ ਨੂੰ ਵੀ ਆਪਣੀ ਹਾਰ ਵਜੋਂ ਪੇਸ਼ ਕਰਨ ਲੱਗ ਪਏ ਹਾਂ, ਜਾਂ ਅਸੀਂ ਬਹੁਤ ਜ਼ਿਆਦਾ ਇਨਸਿਕਿਓਰ ਫੀਲ ਕਰਦੇ ਹਾਂ, ਜਾਂ ਇੰਨੀ ਨਿਰਾਸ਼ਤਾ ਦੇ ਵਿੱਚ ਹੈ ਵੀ ਅਸੀਂ ਆਪਣੀ ਹੋਣ ਵਾਲੀ ਜਿੱਤ ਨੂੰ ਵੀ ਹਾਰ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ ਆਪ ਹੀ ਮਾਰਕੀਟਿੰਗ ਕਰਕੇ। ਅਤੇ ਉਹ ਇੱਕ ਜਿਹੜੀਆਂ ਉਹਦੀ ਕੁਝ ਪੋਜ਼ਿਟਿਵ ਪੁਆਇੰਟ ਸੀਗੇ ਕੋਟਕਪੁਰਾ ਜਾਂ ਬਹਿਬਲ ਕਲਾਂ ਦੇ ਉੱਤੇ, ਜਿਹੜੀ ਸਰਕਾਰ ਨੂੰ ਉਹੋ ਜਿਹੀ ਸਿੱਟ
अफसरां दी सिट बनाउणा। अज जिहड़ी कुंवर विजय प्रताप दे उत्ते गोल्ड मैडल दित्ते जा रहे ने, इह कुंवर विजय प्रताप ਨੂੰ ਜਾਂਚ ਕਿਉਂ ਮਿਲੀ? ਕਿਉਂਕਿ ਲੋਕਾਂ ਨੂੰ ਭਰੋਸਾ ਦਿਵਾਉਣਾ ਸੀ ਕਿ ਸਰਕਾਰ ਇਮਾਨਦਾਰੀ ਨਾਲ ਇੱਥੇ ਕੰਮ ਕਰੇਗੀ, ਉਹਦੇ ਲਈ ਉਹੋ ਜਿਹੇ ਅਫਸਰ ਚੁਣੇ ਗਏ ਜਿਨ੍ਹਾਂ ਦੀ ਲੋਕਾਂ 'ਚ ਸ਼ਾਖ ਠੀਕ ਹੋਵੇ, ਜਿਨ੍ਹਾਂ 'ਤੇ ਲੋਕ ਭਰੋਸਾ ਕਰਨ ਵੀ ਨਹੀਂ ਯਾਰ ਜੇ ਇਹ ਅਫਸਰ ਲਾਏ ਨੇ ਤਾਂ ਇਹ ਕੋਈ ਨਾ ਕੋਈ ਇਹ 'ਚੋਂ ਸਿੱਟਾ ਕੱਢਣਗੇ। ਨਹੀਂ ਨਿਕਲਿਆ ਉਹਦੀ ਤਾਂ ਪੜਚੋਲ ਸਰਕਾਰ ਨੂੰ ਜਵਾਬਦੇਹ ਹੋਣਾ ਚਾਹੀਦਾ ਵੀ ਗਲਤੀ ਕਿਹਦੀ। ਸਰਕਾਰ ਤਾਂ ਹਾਲੇ ਤੱਕ ਨਹੀਂ ਬੋਲ ਰਹੀ ਵੀ ਗਲਤੀ ਕਿਹਦੀ ਆ। ਅਸੀਂ ਕਹਿ ਰਹੇ ਹਾਂ ਜੱਜ ਗਲਤ ਆ, ਐਡਵੋਕੇਟ ਜਨਰਲ ਗਲਤ ਹੈ, ਸੀਐਮ ਦੱਸੇ ਕਿਹਦੀ ਗਲਤੀ ਹੈ। ਇਹ 2.5 ਸਾਲਾਂ ਦੇ ਵਿੱਚ ਜੇ ਸਿੱਟ ਦੀ ਜਾਂਚ ਅੱਜ ਹਾਈਕੋਰਟ ਦਾ ਜੱਜ ਰੱਦ ਕਰ ਦਿੰਦਾ, ਕਿਸ ਗਰਾਊਂਡ 'ਤੇ ਰੱਦ ਕਰਦਾ ਜੀ? ਉਹ ਗਰਾਊਂਡ ਕੀ ਸੀ ਔਰ ਉਹ ਗਰਾਊਂਡ ਜਦੋਂ ਬਣੀ ਉਹਦੇ 'ਚ ਕਿਹਦੀਆਂ ਕਿਹਦੀਆਂ ਗਲਤੀਆਂ? ਉਹ ਸਾਰਿਆਂ ਦਾ ਰੋਲ ਲੰਘਾ ਹੋਣਾ ਚਾਹੀਦਾ, ਅਤੇ ਉਹ ਉਦੋਂ ਹੋਊਗਾ ਜਦੋਂ ਅਸੀਂ ਸਰਕਾਰ 'ਤੇ ਦਬਾਅ ਪਾਵਾਂਗੇ, ਜਦੋਂ ਅਸੀਂ ਕੈਪਟਨ ਨੂੰ ਦੋਸ਼ੀ ਮੰਨਾਂਗੇ ਅਤੇ ਕੈਪਟਨ ਆਪੇ ਦੱਸੇਗਾ ਕਿ ਦੋਸ਼ੀ ਕੌਣ ਹੈ। ਹਾਲਾਂਕਿ ਉਹ ਭੱਜ ਨਹੀਂ ਸਕਦਾ, ਉਹਦੀ ਜ਼ਿੰਮੇਵਾਰੀ ਸੀ। ਜੇ ਉਹ ਇਹ ਵੀ ਕਹਿ ਦਿੰਦਾ ਕਿ ਮੇਰੀ ਲੀਗਲ ਟੀਮ ਕੋਲੋਂ ਗਲਤੀਆਂ ਹੋਈਆਂ ਜਾਂ ਕੁੰਵਰ ਵਿਜੇ ਪ੍ਰਤਾਪ ਕੋਲੋਂ ਗਲਤੀਆਂ ਹੋਈਆਂ, ਜੇ ਜੱਜ ਕੋਲੋਂ ਗਲਤੀਆਂ ਹੋਈਆਂ, ਤਾਂ ਫਿਰ ਤੂੰ 2.5 ਸਾਲਾਂ 'ਚ ਕੀ ਕੀਤਾ? ਕਿ ਤੂੰ ਇਸ ਕੇਸ ਨੂੰ ਜਿਵੇਂ ਬਾਕੀ ਕੇਸਾਂ ਵਾਂਗ ਜਿਵੇਂ ਕਿਹਾ ਜਾਂਦਾ ਵੀ ਕੈਪਟਨ ਦਾ ਰਾਜ ਜਿਹੜਾ ਬਿਊਰੋਕ੍ਰੇਸੀ ਦਾ ਰਾਜ ਆ ਵੀ ਉਹ ਅਫਸਰਾਂ 'ਤੇ ਛੱਡ ਕੇ ਅਤੇ ਆਪ ਘਰ ਸੌਂ ਜਾਂਦਾ, ਇਹਦਾ ਮਤਲਬ ਇਸ ਕੇਸ ਨੂੰ ਵੀ ਉਹਨੇ ਇੰਨਾ ਲਾਈਟਲੀ ਲਿਆ ਵੀ ਅਫਸਰਾਂ ਦੇ ਭਰੋਸੇ ਛੱਡ ਕੇ ਘਰ ਬੈਠ ਗਿਆ? ਅਤੇ ਫਿਰ ਇਹਦਾ ਮਤਲਬ ਉਹਨੂੰ ਹੁਣ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੀ ਤਾਂ ਜਿਹੜਾ ਉਹਦੇ ਕੋਲ ਇਖਲਾਕੀ ਤੌਰ 'ਤੇ ਕੋਈ ਹੱਕ ਨਹੀਂ ਬਣਦਾ ਜੀ। ਇਹ ਸਨ ਸਰਦਾਰ ਸੁਖਦੇਵ ਸਿੰਘ ਫਗਵਾੜਾ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਖ ਵੱਖ ਵਿਸ਼ਿਆਂ ਦੇ ਉੱਪਰ ਇੰਟਰਵਿਊਜ਼ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।